ਮੁਹੱਬਤ ਬਾਕੀ ਨਹੀਂ ਸਿੱਖੂ ਮੈਂ ਸਿੱਖੀ ਜੀਵਨ ਬਾਕੀ ਨਹੀਂ ਪਾਠ ਕੀਰਤਨ ਸਮਾਗਮ ਵਰਸਤੀ ਤੀਰਤ ਸਭ ਬਾਕੀ ਹੈ ਮਗਰ ਸਿੱਖੋਂ ਮੈਂ ਸਿੱਖੀ ਬਾਕੀ ਨਹੀਂ ਪ੍ਰੋਫੈਸਰ ਸਾਹਿਬ ਅੱਜਕਲ ਸਾਨੂੰ ਤਿੰਨ ਤਰੀਕੇ ਦੇ ਸਿੱਖ ਦੇਖਣ ਨੂੰ ਮਿਲਦੇ ਨੇ ਖਾਸ ਕਰ ਅਸੀਂ ਜਿਵੇਂ ਮੈਟਰੋਪੋਲਟਨ ਚ ਵਿਚਰਦੇ ਆਂ ਇੱਕ ਤੇ ਜਿਹੜੇ ਕਹਿੰਦੇ ਨੇ ਦਿਲ ਸਾਫ਼ ਹੋਣਾ ਚਾਹੀਦਾ ਹੈ ਸਿੱਖੀ ਵਿੱਚ ਕੀ ਹੈ ਇੱਕ ਕੰ ਇੱਕ ਬਹੁਤ ਐਕਸਟ੍ਰੀਮ ਰਾਈਟ ਦੇ ਵਿੱਚ ਚਲੇ ਜਾਂਦੇ ਨੇ ਤੇ ਇੱਕ ਆਮ ਸਿੱਖ ਅਸਲ ਸਿੱਖੀ ਕੀ ਹੈ ਸਾਨੂੰ ਦੱਸੋ ਦੇਖਮੈਂ ਇਸ ਕਰਾਂ ਤੁਹਾਡਾ ਜਿਹੜੇ ਪਹਿਲੇ ਨੁਕਸ ਨੇ ਦਿਲ ਸਾਫ਼ ਹੋਣਾ ਚਾਹੀਦਾ ਬੇਸਤ ਇਹੋ ਹੀ ਹੈ ਪਰ ਨਾਲ ਸਮਝਣ ਨਾਲ ਵੀ ਦਿਲ ਸਾਫ਼ ਕਿਵੇਂ ਹੋਵੇ ਤੁਸੀਂ ਇੰਤੇ ਚਲੇ ਗਏ ਨੇ ਉਹ ਵੀ ਹੋ ਸਕਦਾ ਸਿੱਖੀ ਨੂੰ ਸਮਝ ਨਾ ਸਕਿਆ ਹੋਣ ਉਹ ਦਸਤਾਰਾਂ ਦੇ ਜਾਂ ਸੰਗਾਂਤੇ ਲਈ ਜੰਦੇ ਨੇ। ਦੇਰ ਦੇ ਪ੍ਰਕਾਸ਼ ਕਰਨ ਤੇ ਮੰਨਣ ਤੇ ਜੰਦੇ ਨੇ। ਅਸੀਂ ਕਹਿੰਨੇ ਇਸ ਟੀਮ ਤੇ ਚਲੇਗਾ। ਯੂਟਿਪਾਂ ਦੇ ਹੱਥ ਲਾਉਣ ਤੇ ਨਿਕਾਉਂਗਾ ਬਿਲਕੁਲ। ਮੀਟ ਖਾਣਨਾ ਖਾਣ ਤੇ ਜੰਦੇ ਜਾਂਦੇ। ਜਿਹੜਾ ਪਾਉਣ ਨਾ ਪਾਉਣ ਤੇ ਜੰਦੇ ਜਾਂਦੇ। ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ ਇਹ ਇਸ ਫੀਲ ਦੇ ਚੱਲ। ਜਿਹੜੇ ਕਹਿੰਦੇ ਨੇ ਦਿਲ ਸਾਫ਼ ਹੋਣਾ ਚਾਹੀਦਾ। ਇਹ ਉਹ ਵੀ ਨਹੀਂ ਦੇਖ ਸਕਦੇ ਅੰਦਰ ਵੀ ਦਿਲ ਸਾਫ਼ ਹੈ ਕਿ ਨਹੀਂ। ਜਾਉਂਦਾ ਮਿਆਰ ਕਿ ਦੇਰ ਸਾਫ ਹੁੰਦੀ ਕੀ ਨਿਸ਼ਾਨੇ ਜਿਹੜਾ درمیان ਵੀ ਤੁਸੀਂ ਕਹਿੰਦੇ ਹੋ ਉਹ ਉਸ ਸੱਜਣ ਨੇ ਜਿਹੜੇ ਨਾਂ ਉਹਨਾਂ ਨਾਲ ਤੁਰ ਸਕਦੇ ਨੇ ਨਾਉ ਦੇਰ ਸਾਫ ਹੋਂ ਕਰਨ ਦੇ ਉਸ ਕਲੀਨ ਕਰਨ ਦੇ ਸਾਧਨ ਨੂੰ ਵਰਤਣਾ ਚਾਹੁੰਦੇ ਉਹ ਕਹਿੰਦਾ ਠੀਕ ਹੈ ਅਸੀਂ ਇੰਨਾ ਬੜਾ ਵਿਸ਼ਾ ਸਾਨੂੰ ਲੋਕ ਸਿੱਖ ਕਰਨ ਦੇ ਸੋ ਇਸ ਨੇ ਬੇਸਤਾ ਇਹ ਹੋਈ ਕਿ ਦੇਰ ਸਾਫ ਹੋਣਾ ਇੰਦੇ ਵਿੱਚੋਂ ਮਸਲਾ ਇਹ ਖੜਾ ਹੁੰਦਾ ਹੈ ਕਿ ਦਿਲ ਸਾਫ਼ ਕਿਵੇਂ ਹੋਵੇ ਜਿੰਨੇ ਸਿੱਖੀ ਪੈਦਾ ਕਰਨੇ ਨਾਸਤਿਕ ਵਾਲਿਆਂ ਨੇ ਪੈਦਾ ਕਰਨੀ ਉਹਦੇ ਤੋਂ ਲੋਕ ਅੱਖ ਤੇ ਨੌਜਵਾਨ ਪਿਛੇ ਹਟੇਗਾ ਬਿਲਕੁਲ ਨਹੀ ਕਹ ਰਿਹਾ ਸੀਗਾ ਹਾਲੇ ਚ ਅਸੀਂ ਯੂਰਪ ਚ ਵੀ ਦੇਖਿਆ ਹੈ ਉੱਥੇ ਬਹੁਤ atheists ਹੈਗੇ ਬਟ ਉਹ ਇੱਕਦਮ ਇਸਲਾਮ ਨੂੰ ਕਬੂਲ ਕਰ ਰਹੇ ਨੇ ਤੇ ਬਹੁਤ ਕੱਟੜਤਾ ਚ ਮੰਨ ਰਹੇ ਉਹ ਨਾਲ ਕਿਤੇ आईएसआईएस ਵਿੱਚ ਵੀ ਜਾਂਚ ਲੋਕ ਦੇ 76 ਬਟ ਨੌਂ ਵਾਲੇ ਜਨਰੇਸ਼ਨ ਉਹਨਾਂ ਤੋਂ ਪੁੱਟੇ ਕਿ ਸਿੱਖੀ ਚ ਵੀ ਇਦਾਂ ਦਾ ਕੁਝ ਅੱਗੇ ਨੂੰ ਸਾਨੂੰ ਵੇਖਣਾ ਹੋਊਗਾ ਮਤਲਬ ਕਿ ਜਿਹੜੇ ਇਸ ਕਿਸਮ ਦੇ ਉਹਨਾਂ ਕੋਲ ਸਿੱਖੀ ਦਾ ਨੁਕਸਾਨ ਹੀ ਹੋਏਗਾ। ਓਕੇ। ਕਿਉਂਕਿ ਉਹਨਾਂ ਦੀ ਜਨਰੇਸ਼ਨ ਉਹਨਾਂ ਦੇ ਬੱਚੇ ਹੀ ਉਹਨਾਂ ਦੇ ਨਾਲ ਨਹੀਂ ਤੁਰਨਗੇ। ਕਿਉਂਕਿ ਕੁਝ ਐਦਾ ਦੇ ਐਲੀਮੈਂਟ ਸਾਡੇ ਸਿੱਖੀ ਦੇਖਣ ਨੂੰ ਮਿਲਦੇ ਨੇ। ਜੇ ਜੀ ਰੀਸੈਂਟ ਚੀਜ਼ ਮੁੱਦਾ ਆਇਆ ਸੀਗਾ ਕਿ ਇੱਕ ਵਰਗ ਵੱਲੋਂ ਬੋਲਿਆ ਜਾ ਰਿਹਾ ਹੈ ਕਿ ਸਿੱਖ ਬੀਬੀ ਜਦੋਂ ਪ੍ਰੈਗਨੈਂਟ ਹੋਵੇ ਤੇ ਉਹਦੀ ਡਿਲੀਵਰੀ ਵੀ ਉਹੀ ਕਰੇ। ਨਹੀਂ ਬਹੁਤ ਕੋਹਟ ਪੋਸੀਬਲ ਸ ਹੈ। ਬਹੁਤ ਕੋਹ ਜੈ ਨਹੀਂ ਮੈਂ ਤੁਹਾਨੂੰ ਇਹ ਦਿਖਾ ਦੇਣਾ ਜੀ ਵੀ ਤੁਸੀਂ ਕੰਸਿਡਰ ਕਰੋਗੇ ਐਕਸਟ੍ਰੀਮ ਅਵੇ ਜਿਹੜੇ ਕੇਂਦਰ ਜੀ ਸਿਰ ਸੇ ਕਦੇ ਲਗਾਉ ਉਤੇ ਹਰੇ ਰੰਗ ਦਾ ਕਪੜਾ ਨਹੀਂ ਪਾ ਸਕਦਾ ਜੀ ਕਿਸੇ ਗਲਤੀ ਤੇ ਝਗੜੇ ਹੋਏ ਸਿਰ ਨੂੰ ਸਭ ਦੇ ਖਣਪੜ ਤੇ ਭੋਗ ਤੇ ਉਹਨਾਂ ਨੇ ਲਾਲ ਰੰਗ ਜੁਰਮਾਰਾ ਜਿਹੜਾ ਲੈਂਦਾ ਲੈਂਦਾ ਉਹਦੇ ਚ ਲਾਲ ਰੰਗ ਪੈਂਦਾ ਸੀ ਉਹਨੇ ਮੋੜ ਦਿੱਤਾ ਇਹ ਤੇ ਵੀ ਦੀ ਗੱਲ ਹੈ ਇਹ ਤਾਂ ਹੱਟ ਨਹੀਂ ਸੀ ਚਲੋ ਖैर ਮੈਂ ਇਸ ਵਿਸਥਾਰ ਵਿੱਚ ਨਾ ਜਦੋਂ ਤੁਹਾਡੀ ਗੱਲ ਤੋਂ ਪਾਸੇ ਨਾ ਚਲੀਂ ਵੀ ਉਹ ਲੋਕ ਜਿਹੜੇ ਨੇ ਉਹ ਕੋਮ ਦਾ ਸਿੱਫੀ ਦਾ ਕੋਈ ਸਵਾਰ ਨਹੀਂ ਸਕਣਗੇ ਕਿਸੇ ਚੀਜ਼ ਨੂੰ ਤੁਸੀਂ ਇੰਨੀ ਹਾਰਡ ਕਰ ਦਿਓ ਕਿ ਦੂਜਾ ਲੰਘ ਨਾ ਸਕੇ ਉਹ ਪਿਛੇ ਮੁਰੇ ਦਾ ਮੈਂ ਕਈ ਵਾਰੀ ਸਿੰਘ ਉਸ ਕੋ ਕੇ ਹਰ ਗੱਲ ਦਾ ਜਵਾਬ ਬਾਣੀ ਵਿੱਚ ਜੀ ਸੰਗ੍ਰਹਿ ਬਾਣੀ ਵਿੱਚ ਤਾਂ ਤੇ ਕਹਿੰਦੇ ਨੇ ਕਬੀਰ ਜੀ ਦੇ ਦੋ ਸ਼ਲੋਕ ਕਬੀਰ ਮੁਕਤ ਦੁਆਰਾ ਸੰਗਤਰਾ ਛੋਪੈ ਰਾਈ ਦਸਵੇਂ ਪਾਈ ਰਾਈ ਦੇ ਦਾਣੇ ਨਾਲ ਵੀ ਛੋਪੈ ਮਨ ਤੋਂ ਮੈਗਲ ਹੋਈ ਰਹੇ ਮਨ ਅਖਿਆਤੀ ਹੋ ਗਏ निकसियों क्यों घर जाए उन्हें चुके पार हो गए हम गुरु वाले जवाब दें और देखो कि गजब का जवाब है उत्थ य हाथी में छोटा कर दू उस छोटे दरवाजे चंघ सके गुरु ने जवाब कह देने कहते सतगुरपुरा जे मिले ठा तो करे पिसाओ करे कि मुकद दुबारा मोकला सहजे आव जाओ ਹਿੰਦਰਾਵਾਸ ਉਹ ਪਾ ਦਾ ਕਰਨ ਜਿੰਦ ਤੇ ਕੋਈ ਆ ਸਕੇ ਕੋਈ ਜਾ ਸਕੇ ਇਨੀ ਟਟੜਤਾ ਤੇ ਇਹਨਾਂ ਦੇ ਜਿਹਾ ਤੇਰਾ ਬੱਚਾ ਵੀ ਤੇਰੇ ਤੋਂ ਨਫਰਤ ਕਰਨ ਲੱਗ ਪਾਵੇ ਤੋਂ ਉਹ ਵੀ ਲੋਕ ਜਿਹੜੇ ਨੇ ਕੌਮ ਦਾ ਪਵੇਖਣੀ ਸਵਾਰਨਗੇ ਕੁਝ ਗੁਆ ਰਹੇ ਨੇ ਔਰ ਦਿਨ ਬਦ ਦਿਨ ਸਿੱਖੀ ਦਾ ਜਿਹੜਾ ਵਾਧਾ ਹੈ ਜੇ ਰੁਕ ਰਿਹਾ ਹੈ ਤਾਂ ਜਾਂ ਸਲੋ ਹੋ ਰਿਹਾ ਤੇ ਉਹਨਾਂ ਦਾ ਕਾਰਨ ਉਹ ਲੋਕ ਜਿਹੜਾ ਵਿਚਲੇ ਨੇ ਉਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ ਸੀ ਅਨਮੀ ਜੋ ਨਾਮ ਤਰੀਕ ਬੜੇ ਇਹਨਾਂ ਕਿ ਬੜੇ ਸਮਝਦਾਰ ਵੀ ਸਿੱਖ ਦੇ ਘਰ ਪੈਦਾ ਹੋ ਗਿਆ ਸਿੱਖ ਹੋ ਗਿਆ ਮੈਂ ਕੱਲੇ ਤਾਫਕਸੇ ਬੋਲਦੇ ਸੀ ਸਾਇਸ ਤੇ ਵੀ ਬ੍ਰਾਹਮਣਿਜ਼ਮ ਤੇ ਸਿੱਖੀism ਵਿੱਚ ਗੁਰੂism ਵਿੱਚ ਕੀ ਫਰਕ ਬ੍ਰਾਹਮਣਿਜ਼ਮ ਦੇ ਧਰਮ ਕੀਤਾ ਖੜਾ ਜਨਮ ਬੰਦਨ ਤੇ ਗੁਰੂ ਨੇ ਕੀਤਾ ਕਰਮ ਬੰਦਨ ਤੇ ਕਦੀ ਬਾਣੀ ਪੜੋ ਬਰਾਬਰ ਤੇ ਬ੍ਰਾਹਮਣ ਕਹਿੰਦਾ ਹੈ ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਬ੍ਰਹਮਾ ਖਤਰੀ ਦੇ ਕਰਜਣ ਨੂੰ ਲੈਣ ਵਾਲਾ ਖਤਰੀ ਸ਼ੁਰਦਰ ਦੇ ਕਰਜਣ ਨੂੰ ਲੈਣ ਵਾਲਾ ਭਾਵੇਂ ਜਿੱਦਾ ਵਰਸੀ ਮਹਾਨ ਹੈ ਪਰ ਉਹ ਸ਼ੁੰਦਰ ਗੁਰੂ ਕਹਿੰਦਾ ਨਹੀਂ ਗੁਰੂ ਕਹਿੰਦਾ ਨਹੀਂ ਕਿ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਹਮਣ ਕਈਤ ਹੈ ਹਮਾਰੇ ਬ੍ਰਹਮੰਡਿਕ ਅਤੈ ਦਾ ਹੋਣ ਵਾਲਾ ਬ੍ਰਹਮਣ ਨਹੀਂ ਜਿਹਦਾ ਕਰਮ ਕਰਦਾ ਭਾਵ ਆਪਣੇ ਜੀਵਨ ਅੰਦਰ ਬ੍ਰਹਮੰਡ ਦੀ ਵਿਚਾਰ ਕਰਦਾ ਹੈ ਬ੍ਰਹਮਣ ਹੈ ਬ੍ਰਹਮੰਡ ਦੇ ਸੋ ਬ੍ਰਹਮਣ ਹੈ ਤੋ ਮੈਂ ਇੱਕ ਐਗਜ਼ਾਮਪਲ ਸੀ ਵਿੰਦੂਾਂ ਦੇ ਇਹ ਵਿਚਾਰ ਕਰავ ਚ ਕੀ ਫਰਕ ਉਹ ਜਨਮ ਬੰਦ ਦੇ ਖਲੋਤਾ ਹੈ ਇਹ ਕਰਮ ਬੰਦ ਦੇ ਖਲੋਤਾ ਹੁਣ ਜਿਹੜੇ ਦਰਮਿਆਨ ਚ ਖਲੋਤੇ ਨੇ ਵਿਚਾਰੇ ਇੱਥੇ ਖਲੋਤੇ ਨੇ ਜਨਮ ਬੰਦਨ ਵਾਲੇ ਸਿੱਖ ਦੇ ਘਰ ਪੈਦਾ ਹੋ ਗਏ ਸਿੱਖ ਗੁਰੂ ਕਹਿੰਦੇ ਨਹੀਂ ਜੇ ਸਤਗੁਰੂ ਕਾ ਜੋ ਸਿੱਖਾ ਖਾਇ ਅੰਦੇ ਸਿਲੇਬਸ ਹੈ ਉਹਦੇ ਤੱਕ ਬਿਨਾਂ ਸਿੱਖ ਲਈ ਉਹ ਹੋਣਾ ਨਾਲ ਸਿੱਖ ਨਹੀਂ ਹਾਂਜੀ ਸੋ ਸਿੱਖ ਸਖਾ ਬੰਦ ਪਤਾਈ ਜੋ ਗੁਰੂ ਕੋ ਪਾਣ ਰਿਹਾ ਹੈ ਸ਼ਤਰਕ ਨਹੀਂ ਚਲੋ خیر ਮੇਰੇ ਕਹਿਣ ਦਾ ਮਤਲਬ ਉਹ ਲੋਕ ਵੀ ਬਿਚਾਰੇ ਨਾ ਇਧਰ ਕੇ ਨਾ ਉਧਰ ਕੇ ਜਿਨਾਂ ਨੂੰ ਪਤਾ ਕੁਝ ਨਹੀਂ ਸਿਰਫ ਇਹ ਨਹੀਂ ਬੜਾ ਬਿਸਿੰਗਦ ਘਰ ਪੈਦਾ ਹੋ ਗਿਆ ਸਿੱਖ ਬੇਸਿਕ ਚੀਜ਼ ਜਿਹੜੀ ਉਹ ਪਹਿਲੇ ਬੇਸਾਫੋ ਹੁਣ ਮਸਲਾ ਇਹ ਕਿ ਦੁਰਸਾਫ ਕਿਵੇਂ ਹੋਵੇ ਇਹਦਾ ਜਵਾਬ ਹਰ ਚੀਜ਼ ਦਾ ਜੋ ਮਨੀ ਕਲਕਾਸ਼ ਕਰੀਏ ਸੀ ਹਰ ਚੀਜ਼ ਦਾ ਜਵਾਬ ਸ੍ਰੀ ਗੁਰਗਿੰਦ ਸਰ ਕੋਲੋਂ ਮੰਗੀਏ ਗੁਰੂ ਕੰਧਨੇ ਭਾਂਡਾ ਅੱਛਾ ਸੋਏ ਜੋਤਿਸ ਮਾਵਸੀ ਭਾਂਡਾ ਆਤਮ ਲੀਨ ਤੋਤਾ ਅੱਛਾ ਨਾ ਹੋਏ ਸੀ ਤੋਤੇ ਨਾਲ ਅੱਛਾ ਹੋਈ ਸਾਫ ਨਕਲੀ ਨਾ ਹੋਵੇ ਚੁੱਧ ਨਾ ਹੋਵੇ ਤੇ ਕੀ ਕਰੇ ਅਖੇ ਗੁਰੂ ਦਵਾਰੇ ਹੋਵੇ ਸੋਜੀ ਪਾਇ ਸੀ ਇਹ ਦਵਾਰੇ ਤੋਏ ਅੱਛਾ ਹੋਸ ਗੁਰਦਵਾਰੇ ਕਿਉਂ ਬਰਸਣ ਗੁਰੂ ਦੇ ਦਵਾਰੇ ਗੁਰੂ ਦੇ ਰਹੀਂ ਤੂੰ ਕਲੀਨ ਹੋ ਸਕਦਾ ਹੈ ਦਿਲ ਸਾਫ ਹੋ ਸਕਦਾ ਹੈ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਇਸੀ ਸਭ ਤੋਂ ਪਹਿਲਾਂ ਤੈਨੂੰ ਗੁਰੂ ਕੋਲੋਂ ਇਹ ਵਿਚਾਰ ਲੈਣਾਂ ਪੈਣਾ ਕਿ ਮੈਲ ਕੀ ਤੇ ਅੱਛਾ ਕੀ ਇਹ ਸਾਰੀਆਂ ਚੀਜ਼ਾਂ ਬੁਰਬਾਨੀ ਗੁਰੂ ਗੁਰਦੇ ਰਾਈਂ ਹੋਈਂ ਤੇਰੇ ਕੋਲ ਨਾ ਸਕਦੀਆਂ ਹੁਣ ਗੱਲਾਂ ਤਿੰਨੋਂ ਹੀ ਜਣੀਆਂ ਤੁਹਾਡੇ ਸਮਝ ਗੱਲ ਇਹ ਵੀ ਠੀਕ ਹੈ ਕਿ ਦਿਲ ਵੀ ਕਲੀਨ ਸਤਿ ਹੈ ਇਸ ਵਜਿੜੀ ਇਹੋ ਹੀ ਸਿੱਖੀ ਹੈ ਪਰ ਉੱਥੇ ਮਸਲਾ ਆਉਂਦਾ ਵੀ ਉਹ ਸ੍ਰੀ ਗੁਰਗ੍ਰੰਥ ਸਾਹਿਬ ਕੋਲੋਂ ਗੁਰੂ ਕੋਲੋਂ ਸਿੱਖੀ ਲਈ ਦਿਲ ਸਾਫ਼ ਕਿਵੇਂ ਕਰਨਾ ਹੈ ਕਿ ਉਹ ਨਹੀਂ ਕਿ ਕਿਹੜੇ ਗੁਣ ਨੇ ਕਿਹੜੇ ਅਗੁਣ ਨੇ ਪਾਪ ਕੀ ਹੈ ਪੁੰਨ ਕੀ ਇਹ ਵੀ ਵਿਚਾਰ ਸਮਝੇ ਉਹਦੇ ਅਨਸਾਰ ਜੀਵਨ ਜਿਉਣ ਤਾਂ ਹੀ ਪਵਿੱਤਰ ਹੋਏਗਾ ਇਹਦੇ ਬਿਨਾ ਹੋਰ ਕੋਈ ਫੈਸਲਾ ਨਹੀਂ ਫੈਸਲਾ ਉਹੀ ਜਿਹੜੀ ਅੰਮ੍ਰਿਤ ਜੜੀ ਉਹਨਾਂ ਦੇ ਦਿਲ ਦੀ ਸਫਾਈ ਦਿਲ ਦੀ ਪਵਿੱਤਰਤਾ ਜਿਹੜੀ ਉਪਰ ਪ੍ਰਗਟਾ